ਨਮਸਤੇ ਹਾਂ ਮੈਂ ਪ੍ਰਗਿਆ ਸਲੋਤਰਾ ਤਤੋ ਸਾਰੇ ਦਿਖਾ ਰਹੇ ਹਾਂ ਸਿੱਧੀ ਲਕੀਰ ਕਰੋਨਾ ਵਾਇਰਸ ਉੱਪਰ ਤੋਂ ਹੀ ਅਪਡੇਟ ਦੇ ਆ ਤਾਂ ਅੱਲੇ ਤੱਕ ਜੰਮੂ ਕਸ਼ਮੀਰ ਚ 21 ਨਵੇਂ ਕੇਸ ਜਿਹੜੇ ਨੇ ਕਰੋਨਾ ਵਾਇਰਸ ਦੇ ਉਹ ਸਾਹਮਣੇ ਆਏ ਔਰ ਉਹਦੇ ਵਿੱਚੋਂ 6 ਜਿਹੜੇ ਨੇ ਉਹ ਜੰਮੂ ਡਿਵੀਜ਼ਨ ਦੇ ਐ ਤੇ 15 ਜਿਹੜੇ ਨੇ ਉਹ ਕਸ਼ਮੀਰ ਦੇ ਐ ਤਾਂ ਤੋਂ ਵੀ ਪਹਿਲੇ ਮੈਂ ਜੰਮੂ ਦਾ ਦੱਸੀ ਹੁਣਾ ਕਿ 6 ਕੇਸ ਜਿਹੜੇ ਨੇ ਨਵੇਂ ਉਹ ਕਰੋਨਾ ਵਾਇਰਸ ਦੇ ਜੰਮੂ ਡਿਵੀਜ਼ਨ ਚ ਅੱਜ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ ਤੁਹਿੰਨੂੰ ਦੱਸਾਂ ਤ ਜੰਮੂ ਤੋਂ ਉਹ ਬਿਸ਼ਨਾ ਦੇ ਤਰੇ ਲੋਗ ਹੈ ਇੱਕ ਬਸੰਤਗੜ ਦਾ ਹੀ ਉਦਮਪੁਰ ਦੇ ਔਰ ਦੋ ਜਿਹੜੇ ਨੇ ਉਹ ਸਾਂਬਾ ਤੋਂ ਕੇਸਿਸ ਜਿਹੜੇ ਨੇ ਅੱਜ ਕੋਵਿਡ-19 ਦੇ ਸਾਹਮਣੇ ਆਇਆ ਹੂੰ ਤੁਹਿੰਨੂੰ ਦੱਸਾਂ ਕਸ਼ਮੀਰ ਦਾ ਤਾਂ ਕਸ਼ਮੀਰ ਦਾ ਮੈਂ ਤੁਹਿੰਨੂੰ ਦੱਸਾਂ ਕਿ ਇੱਕ ਪ੍ਰੈਗਨੈਂਟ ਲੇਡੀ ਜਿਹੜੀ ਅੱਜ ਕੋਵਿਡ ਪੋਜ਼ਿਟਿਵ ਆਈ ਔਰ ਔਰ ਇੱਕ ਕੰਨੇਗੇ 14 ਪੁਲਿਸ ਤੇ ਕਰਮੀ ਜਿਹੜੇ ਨੇ ਉਹ ਕੋਵਿਡ ਪੋਜ਼ਿਟਿਵ ਆਏ ਨੇ ਡਾਕਟਰ ਸਲੀਮ ਖਾਨ ਜਿਹੜੇ ਨੋਡਲ ਅਫੀਸਰ ਹੈ ਕੋਵਿਡ 19 ਦੇ ਗਵਰਨਮੈਂਟ ਮੈਡੀਕਲ ਕਾਲਜ ਸਰਨਗਰ ਉਹਨੇ ਆਖਿਆ ਕਿ 15 ਨਵੇਂ ਜਿਹੜੇ ਕੋਵਿਡ 19 ਦੇ ਕੇਸਿਸ ਜਿਹੜੇ ਨਾ ਸ਼੍ਰੀਨਗਰ 'ਚ ਅੱਜ ਆਏ ਦਿਖਨੇਗੀ ਥੋਏ ਨੇ ਉਹਦੇ ਵਿੱਚੋਂ ਇੱਕ ਪ੍ਰੈਗਨੈਂਟ ਲੇਡੀ ਹੈ ਤਾਂ ਬਾਕੀ 14 ਜਿਹੜੇ ਨੇ ਉਹ ਪੁਲਿਸ ਵਾਲੇ ਨੇ ਤਾਂ ਮੈਂ ਤੁਹਾਨੂੰ ਦੱਸਾਂ ਕਿ ਉਹ ਕੁੱਥੇ-ਕੁੱਥੇ ਦੇ ਰੋਣੇ ਵਾਲੇ ਨੇ ਉਹ 14 ਪੁਲਿਸ ਵਾਲੇ ਜਿਹੜੇ ਇੱਕ 35 35 ਸਾਲ ਦੇ ਇਹ ਉਹ ਅਰਹਾਮਾ ਗਾਂਦਰਬਲ ਦੇ ਰੋਣੇ ਵਾਲੇ ਨੇ ਇੱਕ 40 ਸਾਲ ਦੇ ਨੇ ਉਹ ਅਹਿਮ ਸ਼ਰੀਫ ਸੁਪੋਰ ਦੇ ਰੋਣੇ ਵਾਲੇ ਨੇ ਇੱਕ 28 ਸਾਲ ਦੇ ਨੇ ਜਿਹੜੇ ਸੁਪੋਰ ਦੇ ਰੋਣੇ ਵਾਲੇ ਨੇ ਇੱਕ 43 ਸਾਲ ਦੇ ਨੇ ਜਿਹੜੇ ਕਿ ਕਾਡੀਪੋਰਾ ਅਨੰਤਨਾਗ ਦੇ ਰੋਣੇ ਵਾਲੇ ਨੇ ਇੱਕ 41 ਸਾਲ ਦੇ ਨੇ ਜਿਹੜੇ ਕਿ ਕਾਤਾਇਨ ਵਤ ਬਾਰਾਮੁਲਾ ਦੇ ਰੋਣੇ ਵਾਲੇ ਨੇ 41 ਸਾਲ ਦੇ ਇੱਕ ਹੋਰ ਨੇ ਜਿਹੜੇ ਤਿਤਵਲ ਕਰਨਾ ਕੁਪਵਾੜਾ ਦੇ ਰੋਣੇ ਵਾਲੇ ਨੇ ਇੱਕ 45 ਸਾਲ ਦੇ ਔਰ ਨੇ ਜਿਹੜੇ ਕਿ ਮਾਲਪੂਰਾ ਅਨੰਤਨਾਗ ਦੇ ਰੋਣੇ ਵਾਲੇ ਨੇ 45 ਸਾਲ ਦੇ ਜਿਹੜੇ ਕਿ ਅਨੰਤਨਾਗ ਦੇ ਨੇ ਇੱਕ ਔਰ 31 ਸਾਲ ਦੇ ਇੱਕ ਔਰ ਨੇ ਜਿਹੜੇ ਕਿ ਉਹ ਵੀ ਅਨੰਤਨਾਗ ਤੋਂ ਗਏ ਨੇ 43 ਇਅਰ 올ਡ ਇੱਕ ਔਰ ਹੈ ਨਨਿਲ ਅਨੰਤਨਾਗ ਦੇ ਰੋਣੇ ਵਾਲੇ ਨੇ 27 ਇਅਰ 올ਡ ਦੇ ਇੱਕ ਹੈ ਨਾ ਉਹ ਵੀ ਅਨੰਤਨਾਗ ਦੇ ਰੋਣੇ ਵਾਲੇ ਔਰ 26 ਸਾਲ ਦੇ ਇੱਕ ਔਰ ਸ਼ਖਸ ਨੇ ਪੁਲਿਸ ਵਾਲਾ ਹੈ ਉਹ ਵੀ ਉਹ ਪੈਲਗਾਮ ਦੇ ਰੋਣੇ ਵਾਲੇ ਹੈ 35 ਸਾਲ ਦੇ ਇੱਕ ਔਰਣਾ ਉਹ ਕੁਪਵਾੜਾ ਦੇ ਰੋਣੇ ਵਾਲੇ ਹੈ ਤੇ ਮੈਂ ਤੁਹੇ ਦੱਸਾਂ ਕਿ ਅਨੰਤਨਾਗ ਦੀ ਜਿਹੜੀ ਜਿਹੜੀ ਲੇਡੀ ਪ੍ਰੈਗਨੈਂਟ ਈ ਜਿਹੜੀ ਅੱਜ ਕੋਵਿਡ ਪੋਜ਼ਿਟਿਵ ਆਈ ਹੈ ਉਹ ਅਨੰਤ ਨਾਲ ਦੇ ਰੋਣੇ ਵਾਲੀ ਤੇ ਤੁਹੇ ਮੈਂ ਦੱਸਿਆ ਇਨ 14 ਵਿੱਚੋਂ ਕਿੰਨੇ ਜ਼ਿਆਦਾ ਕੇਸਿਸ ਜਿਹੜੇ ਨੇ ਉਹ ਅਨੰਤਨਾਗ ਦੇਗੇ ਹੈ ਅੱਜ ਜਿਹੜੇ ਸਾਹਮਣੇ ਆਏ ਕੋਵਿਡ ਪੋਜ਼ਿਟਿਵ ਤੁਹੇ ਮੈਂ ਦੱਸਾਂ ਕਿ 21 ਨਵੇਂ ਕੇਸਿਸ ਜੰਮੂ ਕਸ਼ਮੀਰ ਚ ਅੱਜ ਨਵੇਂ ਆਏ ਜਿੰਦੇ ਵਿੱਚੋਂ 6 ਜਿਹੜੇ ਨਾ ਉਹ ਜੰਮੂ ਦੇ ਹੈ ਤੇ 15 ਜਿਹੜੇ ਨੇ ਉਹ ਕਸ਼ਮੀਰ ਦੇ ਹੈ 6 ਵਿੱਚੋਂ ਹੀ ਦਸੀ ਹੋੜਿਆ ਇੱਕ ਵਾਰੀ ਪਰਤੀ ਦਸੀ ਹੋੜਾ ਕਿ ਇਹਨਾਂ 6 ਵਿੱਚੋਂ 3 ਜਿਹੜੇ ਨੇ ਉਹ ਬਿਸ਼ਨਾਹ ਤੋਂ ਸਾਮਨੇ ਆਏ ਨੇ 2 ਸਾਂਭਾ ਤੋਂ ਆਏ ਨੇ ਤੇ ਇੱਕ ਉਦਮਪੁਰ ਦੇ ਬਸੰਤਗੜ ਇਲਾਕੇ ਦਾ ਕਿ ਕੋਵਿਡ ਪੋਜ਼ਿਟਿਵ ਜਿਹੜਾ ਅੱਜ ਸਾਮਨੇ ਦਿਖਣੇ ਹੀ ਥੋਇਆ ਟੋਟਲ ਨੂੰ ਮੈਂ ਤੁਹਾਨੂੰ ਇਹ ਸਾਈਡ ਤੇ ਟੋਟਲ ਜੰਮੂ ਕਸ਼ਮੀਰ ਦਾ ਦਿਖਾਉਂ ਤਾਂ ਅੱਲੇ ਤੱਕ 1142 ਕੋਵਿਡ ਦੇ ਕੇਸ ਜਿਹੜੇ ਨੇ ਉਹ ਜੰਮੂ ਕਸ਼ਮੀਰ 'ਚ ਸਾਮਣੇ ਦਿਖਣੇ ਇਥੋਂ ਨੇ ਐਕਟਿਵ ਹੁੰਦੇ ਵਿੱਚੋਂ 588 ਨੇ ਠੀਕ ਹੈ ਰਿਕਵਰੀ ਜਿਹੜੀ ਹੈ ਉਹ 542 ਲੋਕੇ ਕਰ ਲਿਆ ਰਿਕਵਰ ਤੇ ਜੰਮੂ 'ਚ ਉਹ ਟੋਟਲ ਜਿਹੜੇ ਨੇ ਉਹ 88 ਕੇਸਿਸ ਨੇ ਜਿੰਦੇ ਵਿੱਚੋਂ ਐਕਟਿਵ ਜਿਹੜੇ ਨੇ ਉਹ 76 ਨੇ ਰਿਕਵਰੀ ਜਿਹੜੀਆਂ ਉਹ 60 ਲੋਕੇ ਕੀਤੀਆਂ ਤੇ ਕੰਨੇ ਕੇ ਮੋਤਾ ਜਿਹੜੀਆਂ ਉਹ ਦੋ ਲੋਕਿਆਂ ਦੀ ਹੋਈ ਹੈ ਆਇਆ ਕਿ ਜੇ ਮੈਂ ਤੁਹਾਨੂੰ ਕਸ਼ਮੀਰ ਦਾ ਦੱਸਾਂ ਤਾਂ ਕਸ਼ਮੀਰ ਚ ਐਲੇ 1104 ਕੇਸ ਜਿਹੜੇ ਨਾ ਉਹ ਸਾਹਮਣੇ ਨੇ ਜਿੰਦੇ ਵਿੱਚੋਂ ਐਕਟਿਵ ਜਿਹੜੇ ਨੇ ਉਹ 512 ਨੇ ਰਿਕਵਰੀ ਜਿਹੜੀ ਹੈ ਉਹ 482 ਲੋਕਾਂ ਦੇ ਰਿਕਵਰ ਕੀਤਾ ਹੈ ਉਹ ਮੌਤ ਦੀ ਜਿਹੜੀ ਹੈ ਉਹ 10 ਲੋਕਿਆਂ ਦੀ ਮੌਤ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਤੋਂ ਇੱਕ ਵਾਰੀ ਪਰਤੀਏ ਸੁਣਾਵਾ 21 ਨਵੇਂ ਕੇਸ ਅੱਲੇ ਤੱਕ ਜੰਮੂ ਕਸ਼ਮੀਰ ਚ ਸਾਹਮਣੇ ਦਿਖਣੇ ਥੋਏ ਨੇ ਜਿੰਦੇ ਵਿੱਚੋਂ 6 ਜੰਮੂਦ ਨੇ ਤੇ ਬਾਕੀ ਦੇ ਜਿਹੜੇ 15 ਨੇ ਉਹ ਕਸ਼ਮੀਰ ਘਾਟੀ ਤੋਂ ਹੈ ਤਾਂ ਉਸ ਕਸ਼ਮੀਰ ਤੋਂ ਮੈਂ ਗੱਲ ਕਰਾਂ ਕਿ ਮੈਕਸਿਮਮ ਕੇਸ ਜਿਹੜੇ ਅੱਜ ਦਿਖਣੇ ਤੋਂ ਹੋਏ ਉਹ ਅਨੰਤਨਾਗ ਤੋਂ ਹੈ ਔਰ ਉਹ 15 ਵਿੱਚੋਂ ਇੱਕ ਜਿਹੜੀ ਆ ਉਹ ਪ੍ਰੈਗਨੈਂਟ ਲੇਡੀ ਹੈ ਉਹ ਵੀ ਅਨੰਤਨਾਗ ਤੋਂ ਹੈ ਤਾਂ ਬਾਕੀ ਜਿਹੜੇ 14 ਨੇ ਉਹ 14 ਨੇ 14 ਪੁਲਿਸ ਕਰਮੀ ਨੇ ਤਾਂ ਜੰਮੂ ਤੋਂ ਜਿਹੜੇ ਕੇਸ ਦਿਖਣੇ ਤੋਂ ਹੋਏ ਨੇ ਤਾਂ ਜੰਮੂ ਤੋਂ 6 ਕੇਸ ਅੱਜ ਸਾਹਮਣੇ ਆਏ ਨੇ ਦੋ ਜਿਹੜੇ ਨੇ ਉਹ ਸੰਬਧਨ ਹੈ ਤਰਾ ਜਿਹੜਾ ਦਾ ਉਹ ਜੰਮੂ ਦੇ ਬਿਸ਼ਨਾਹ ਲਾਕੇ ਦਾ ਹੈ ਤੇ ਕੰਨੇਗੇ ਇੱਕ ਜਿਹੜਾ ਹੈ ਉਹ ਉਦਮਪੁਰ ਦੇ ਬਸੰਤਗੜ ਲਾਕੇ ਦਾ ਹੈ ਹਲੇ ਤੱਕ ਦੀ ਕਰੋਨਾ ਵਾਇਰਸ ਉੱਪਰ ਜਿਹੜੀ ਅਪਡੇਟ ਯੋ ਯੋਹੀ ਕਿ ਹਲੇ ਤੱਕ ਜੰਮੂ ਕਸ਼ਮੀਰ ਅੱਜ ਦੇ ਦਿਨ 21 ਨਵੇਂ ਕੇਸ ਸਾਹਮਣੇ ਆਏ ਨੇ ਜੇ ਕੋਈ ਹੋਰ ਅਪਡੇਟਸ ਹੁੰਦੀ ਹੈ ਤਾਂ ਮੈਂ ਪਰਤੀ ਤੁਹਾਨੂੰ ਦੇ ਕਨੇ ਸ਼ੇਅਰ ਕਰਗੀ